ਅਫੀਮ ਦੀ ਖੇਤੀ ਤੇ ਸਥਿਤੀ ਸਪਸ਼ਟ ਕਰੇ ਸਰਕਾਰ। ਦਲਜੀਤ ਚੀਮਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਫੀਮ ਦੀ ਖੇਤੀ ਤੇ ਪੰਜਾਬ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਦੇਖੋ, ਗੱਲ ਇਹ ਹੈ ਕਿ ਸਾਰਾ ਸਾਲ ਲੋਕਾਂ ਦਾ ਨਵੀਆਂ ਨਵੀਆਂ ਥਿਊਰੀਜ਼ ਦੇ ਨਾਲ, ਨਵੇਂ ਨਵੇਂ ਆਈਡੀਆਜ਼ ਦੇ ਨਾਲ ਢਿੱਡ ਨਹੀਂ ਭਰ ਸਕਦਾ। ਪਹਿਲਾਂ ਤਾਂ ਸਰਕਾਰ ਕਲੀਅਰ ਕਰੇ ਕਿ ਉਹਦਾ ਆਪਣਾ ਕੀ ਸਟੈਂਡ ਹੈ, ਕਿ ਉਹਨੇ ਇਸ ਮਾਮਲੇ 'ਚ ਕੋਈ ਰਿਸਰਚ ਕੀਤੀ ਹੈ, ਕੋਈ ਕੰਸਲਟੇਸ਼ਨ ਕੀਤੀ ਹੈ ਕਿ ਕੀ ਕਰਨਾ ਚਾਹੁੰਦੀ ਹੈ ਗਵਰਨਮੈਂਟ। ਕਿ ਇਹ ਕਰਨਾ ਚਾਹੁੰਦੇ ਹੈ ਕਿ ਸਾਰੇ ਲੋਕਾਂ ਨੂੰ ਅਲਾਓ ਕਰ ਦਿਓ ਕਿ ਉਹ ਅਫੀਮ ਦੀ ਖੇਤੀ ਕਰ ਲੈਣ ਅਤੇ ਆਪੋ ਆਪਣੀ ਵੱਢ ਕੇ ਆਪ ਖਾਈ ਜਾਣ, ਕਿ ਇਹ ਕੰਮ ਸ਼ੁਰੂ ਕਰਾਉਣਾ ਚਾਹੁੰਦੇ ਆ। ਜਾਂ ਉਹਨਾਂ ਦਾ ਖਿਆਲ ਹੈ ਕਿ ਜਿਹੜੀ ਅਫੀਮ ਦੀ ਖੇਤੀ ਹੈ ਇਹ ਜ਼ਿਮੀਂਦਾਰ ਕਰੇ ਅਤੇ ਉਹਦੀ ਆਮਦਨ ਵਧੇ, ਉਹਦੇ ਵਾਸਤੇ ਕੀ ਢੰਗ ਤਰੀਕਾ ਹੋਏਗਾ, ਇਹ ਵੀ ਗੌਰਮੈਂਟ ਕਲੀਅਰ ਕਰੇ। ਹੁਣ ਇਸ ਵੇਲੇ ਲੱਗਦਾ ਹੈ ਕਿ ਸਰਕਾਰ ਦੇ ਹੱਥ ਜਿਹੜੇ ਆ ਨਸ਼ਿਆਂ ਵਾਲੇ ਪਾਸੇ ਬਿਲਕੁਲ ਖੜ੍ਹੇ ਹੋ ਗਏ, ਇਸ ਸਮੱਸਿਆ 'ਤੇ ਕਾਬੂ ਨਹੀਂ ਪਾ ਰਹੇ ਅਤੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਹੁਣ ਨਵੀਆਂ ਨਵੀਆਂ ਥਿਊਰੀਆਂ ਕਿ ਇੱਧਰ ਧਿਆਨ ਦੇ ਦਿਓ, ਇੱਧਰ ਬਿਆਨ ਦੇ ਦਿਓ, ਇਹਨਾਂ ਗੱਲਾਂ ਨਾਲ ਪਬਲਿਕ ਦਾ ਢਿੱਡ ਨਹੀਂ ਭਰ ਸਕਦਾ। ਪਹਿਲਾਂ ਤਾਂ ਕੱਚੀਆਂ ਗੱਲਾਂ ਬਾਹਰ ਕਰਨ ਨਾਲੋਂ ਪਹਿਲਾਂ ਮਹਿਕਮੇ ਨੂੰ ਬਹਿ ਕੇ ਸੋਚਣਾ ਚਾਹੀਦਾ, ਜਿਹੜੇ ਐਕਸਪਰਟ ਆ ਫੀਲਡ ਦੇ ਉਹਨਾਂ ਨੂੰ ਸੋਚਣਾ ਚਾਹੀਦਾ, ਜਿਹੜੇ ਸੈਕਟਰਿਸਟ ਹੈ ਉਹਨਾਂ ਦਾ ਵਿਊ ਲਓ, ਕਿਸੇ ਗੱਲ ਨੂੰ ਬਾਹਰ ਅਨਾਊਂਸਮੈਂਟ ਕਰਨ ਤੋਂ ਪਹਿਲਾਂ ਕੋਈ ਵਿਚਾਰ ਤਾਂ ਲਓ ਕਿ ਇਹਦੇ ਫਾਇਦੇ ਕੀ ਹੋਣਗੇ, ਇਹਦੇ ਨੁਕਸਾਨ ਕੀ ਹੋਣ। ਅੱਜ ਤਾਂ ਹਰ ਬੰਦਾ ਆਪੋ ਆਪਣੀ ਥਿਊਰੀ ਜਿਹੜੀ ਹੈ ਉਹ ਦੇਈ ਜਾ ਰਿਹਾ, ਠੀਕ ਹੈ ਪਬਲਿਕ ਵੀ ਸੁਣ ਰਹੀ ਹੈ ਸਾਰਿਆਂ ਦੀ ਗੱਲ, ਪਰ ਇਹਦੇ ਨਾਲ ਪਬਲਿਕ ਦਾ ਜਿਹੜਾ ਹੈਗਾ ਉਹ ਮਕਸਦ ਪੂਰਾ ਨਹੀਂ ਹੁੰਦਾ ਕਿ ਜਿਹੜੇ ਵਾਅਦੇ ਕੀਤੇ ਸੀ ਉਹਦੇ ਤੋਂ ਧਿਆਨ ਹਟਾਉਣ ਦੀਆਂ ਨਵੀਆਂ ਨਵੀਆਂ ਕੋਸ਼ਿਸ਼ਾਂ। ਦੇਖੋ, ਢੀਂਡਸਾ ਸਾਹਿਬ ਬਹੁਤ ਪੁਰਾਣੇ ਪਾਰਟੀ ਦੇ ਵੱਡੇ ਕੱਦ ਦੇ ਲੀਡਰ, ਜਿਨ੍ਹਾਂ ਨੇ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੰਮ ਕੀਤਾ ਔਰ ਅੱਛਾ ਕੰਮ ਕੀਤਾ। ਜੇ ਉਹਨਾਂ ਦੀ ਸਿਹਤ ਕੰਟੀਨਿਊ ਉਹਨਾਂ ਨੂੰ ਇਜਾਜ਼ਤ ਨਹੀਂ ਦੇ ਰਹੀ ਤਾਂ ਉਹਨਾਂ ਨੇ ਪਾਰਟੀ ਕੋਲੋਂ ਆਗਿਆ ਮੰਗੀ ਹੈ ਕਿ ਮੇਰਾ ਬੋਝ ਘਟਾਇਆ ਜਾਵੇ, ਤਾਂ ਇਹਨੂੰ ਗਲਤ ਤਰੀਕੇ ਦੇ ਨਾਲ ਇੰਟਰਪ੍ਰੈਟ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕੋਈ ਪਾਰਟੀ ਦੇ ਖਿਲਾਫ਼ ਤਾਂ ਨਹੀਂ ਗੱਲ ਕਹੀ, ਇੱਕ ਵੀ ਸ਼ਬਦ ਜਿਹੜਾ ਉਹਨਾਂ ਆਪਣੀ ਚਿੱਠੀ ਦੇ ਵਿੱਚ ਪਾਰਟੀ ਦੇ ਖਿਲਾਫ਼ ਨਹੀਂ ਦੇਖਿਆ। ਪਰ ਜੇ ਉਹਨਾਂ ਦੀ ਸਿਹਤ, ਸਾਨੂੰ ਵੀ ਪਤਾ ਸੀ ਉਹਨਾਂ ਦੇ ਨੇੜੇ ਹੋ ਕੇ ਲੰਬੇ ਸਮੇਂ ਤੋਂ ਵਿਚਰਦੇ ਹਾਂ ਕਿ ਸਿਹਤ ਉਹਨਾਂ ਦੀ ਜਿਹੜੀ ਹੈ ਖਰਾਬ ਰਹਿੰਦੀ ਹੈ, ਇਸ ਕਰਕੇ ਜੇ ਉਹਨਾਂ ਨੇ ਪਾਰਟੀ ਨੂੰ ਰਿਕੁਐਸਟ ਕੀਤੀ ਹੈ ਤਾਂ ਉਹਨੂੰ ਗਲਤ ਰੰਗਤ ਕਿਸੇ ਨੂੰ ਨਹੀਂ ਦੇਣੀ। ਸਾਰੀ ਉਮਰ ਉਹਨਾਂ ਨੇ ਕੰਮ ਕੀਤਾ, ਅੱਜ ਵੀ ਉਹ ਬਾਲ ਸਾਹਿਬ ਦੇ ਸਭ ਤੋਂ ਨੇੜਲੇ ਸਾਥੀਆਂ 'ਚੋਂ ਨੇ, ਸਾਰੇ ਉਹਨਾਂ ਦੀ ਇੱਜ਼ਤ ਕਰ। ਇਸ ਕਰਕੇ ਜੇ ਕੋਈ ਜੈਨੂਇਨ ਵੇ ਨਾਲ ਆਪਣੀ ਪਾਰਟੀ ਦੇ ਸਾਹਮਣੇ ਮੁਸ਼ਕਲ ਰੱਖ ਰਿਹਾ ਤਾਂ ਉਹਨੂੰ ਗਲਤ ਰੰਗਤ ਨਹੀਂ ਦੇਣੀ।